ਕਾਸ਼ਵਾਨੀ ਜੰਮੂ ਹੈ ਸੰਜਾ ਖਬਰੇ ਤੋਂ ਦਾ ਸਵਾਗਤ ਪਹਿਲੇ ਖਾਸ ਖਬਰੇ ਕਰਨੇ ਮੈਂ ਸ਼ਿਫਤਾ ਚੋਧਰੀ ਕੇਂਦਰੀ ਸੂਚਨਾ ਤੇ ਪ੍ਰਸ਼ਾਸਨ ਮੰਤਰੀ ਅਨੁਰਾਗ ਸਿੰਘ ਠਾਕੁਰੋ ਨੇ ਅੱਜ ਬੰਗਲੌਰੂ ਚ ਵਿੱਤ ਤੇ ਕੇਂਦਰੀ ਬੈਂਕੇ ਦੇ ਪ੍ਰਤੀਨਿਧੀਆਂ ਦੀ ਬੈਠਕ ਦੇ ਸ਼ੁਰੂਆਤੀ ਸੱਤਰ ਦਾ ਉਦਘਾਟਨ ਕੀਤਾ ਜਰਮਨੀ ਦੇ ਚਾਂਸਲਰ ਓਲਾਫ ਸ਼ਾਲਜੋਰੇ ਆਉਂਦੇ ਸ਼ਨੀਵਾਰ ਤੋਂ ਮਹਾਰਤ ਦੇ ਦੋ ਦਿਨਾਂ ਦੇ ਦੌਰੇ ਪਰ ਆਵਾ ਕਰਦੇ ਹਨ ਰਾਜੇ ਜਾਂਚ ਏਜੰਸੀ ਐਸ ਆਈ ਏ ਨੇ ਨਾਰਕੋ ਅਤੰਗਵਾਦ ਦੇ ਮਾਮਲੇ ਚ ਚਾਹੂ ਠਿਕਾਣੇ ਪਰ ਛਾਪੇ ਮਾਰੀਏ ਤਰਾਂ ਜਨੇ ਕੀ ਇਰਾਸਤ ਚ ਲੱਤਾ ਦਉਂ ਦਿਨੇ ਤੱਕਰ ਬੰਦਰੋਨੇ ਮਗਨਾ ਅੱਜ ਦੁਪਹਿਰ ਹੀ ਜੰਮੂ ਕਸ਼ਮੀਰ ਜਰਨੈਲੀ ਛੜਕ ਪਰ ਗੱਡੀਆਂ ਦੀ ਔਜਾਈ ਅੱਧੇ ਦੁਬੇ ਤੋਰਾ ਪਰ ਬਾਲ ਕਰੀ ਦਿੱਤੀ ਗਈ ਹੈ ਹੁਣ ਖਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰੋ ਨੇ ਅੱਜ ਬੰਗਲੂਰੂ ਚ ਵਿੱਤ ਤੇ ਕੇਂਦਰੀ ਬੈਂਕਾਂ ਦੇ ਪ੍ਰਤੀਨਿਧੀਆਂ ਦੀ ਬੈਠਕ ਦੇ ਸ਼ੁਰੂਆਤੀ ਸੈਟਰ ਦਾ ਉਦਘਾਟਨ ਕੀਤਾ ਮਗਰਾਂ ਮੀਡੀਆ ਕੀ ਸੰਬੋਧਿਤ ਕਰਦੀ ਹੋਈ ਠਾਕੁਰ ਨੇ ਆਖਿਆ ਜੇ ਜੀ20 ਦੀ ਪਾਰ ਅਧਿਅਧਿਅਕਸ਼ਤਾ ਸਾਡੇ ਲਈ ਇੱਕ ਸਨਮਾਨ ਹੈ ਜਿੱਥੇ ਵਿਸ਼ਵਿਕ ਦੱਖਣ ਦੀਆਂ ਚਿੰਤਾਵਾਂ ਕੀ ਵਿਅਕਤ ਕਰਨੇ ਤੇ ਪਾਰਤਾਈ ਦੇ ਪ੍ਰਤਨਿਧੀਆਂ ਦੀ ਬਖ ਬਖ ਖੇਤਰ ਵਿੱਚ ਮਾਰਤ ਪ੍ਰਦਰਸ਼ਿਤ ਕਰਨੇ ਦਾ ਮੌਕਾ ਮਿਲਾ ਕਰਦਾ ਹੈ ਉਹਨਾਂ ਆਖਿਆ ਜੇ ਪਾਰਿਤ ਕੋਵਿਡ ਮਹਾਮਾਰੀ ਦੇ ਪ੍ਰਬੰਧਨ ਤੇ ਇਸ ਮਹਾਮਾਰੀ ਕਰੀ ਪੈਦਾ ਆਰਥਿਕ ਮੰਦੀ ਤੇ ਦੌਰ ਤੋਂ ਬਾਹਰ ਨਿਕਲਣ ਦੀ ਕਾਮਯਾਬੀ ਹੈ ਵਸੁਦੇਵ कुटुंबਕਮ ਦੇ ਆਦਰਸ਼ ਦੀ ਪਾਲਣਾ ਕਰਦੀ ਹੋਈ ਭਾਰਤ ਦੁਨੀਆ ਦੀ ਫਾਰਮੇਸੀ ਬਣੀ ਹੈ ਸਾਹਮਣੇ ਆਇਆ ਤੇ ਸਾਡੇ ਮੁਲਕ ਨੇ 101 ਮੁਲਕਾਂ ਦੀ ਕੋਵਿਡ ਵੈਕਸੀਨ ਦੀਆਂ 10 ਲੱਖ ਖੁਰਾਕਾਂ ਉਪਲਬਧ ਕਰਵਾਈਆਂ ਨਾ ਭਾਰਤ ਚ ਤਿਆਰ ਕੋਵਿਨ ਤੇ ਆਰੋਗ્ય ਸੇਤੂ ਮੋਬਾਈਲ ਐਪ ਦੀ ਦੁਨੀਆ ਪਰ ਅਚਸਰਾ ਨਾ ਕੀਤੀ ਗਈ ਹੈ ਭਾਰਤ ਨੇ ਯੂ ਪੀ ਆਈ ਭੀਮ ਐਪ ਚ ਬੜੀ ਮਤੀ ਤਰੱਕੀ ਕੀਤੀ ਹੈ ਪਿਛਲੇ ਮਹੀਨੇ ਦਰਾਂ ਗਏ ਇਸ ਐਪ ਰਾਹੀਂ 782 ਕਰੋੜ ਰੁਪਏ ਦੇ ਲੈਣ ਦੇਣ ਹੋਏ ਨਾ ਠਾਕੁਰੋ ਰਿਮੇਦ ਬੁੱਝੀ ਹੈ ਜੇ ਜੀ 20 ਮੰਚ ਊਰਜਾ ਦੇ ਖੇਤਰ ਚ ਸਾਂਝੀ ਚਿੰਤਾएं ਟੈਕਸ ਕਰਨੇ ਜੁੜੇ ਤੇ ਮੁੱਦੇ ਤੇ ਬੰਨੇ ਪਾਰਾ ਵਾਲੇ مالی ਲੈਣ-ਦੇਣ ਦੇ ਵਿਸ਼ਵਕ ਅਲ ਕੱਢਣੇ ਚ ਮਦਦ ਦੇਗਾ ਜੀ 20 ਮੁਲਕਾਂ ਦੇ ਖਜ਼ਾਨਾ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ 24 ਤੇ 25 ਫਰਵਰੀ ਕੀ ਉਹਨਿਆਲੀ ਪਹਿਲੀ ਬੈਠਕ ਚ ਜੀ 20 ਮੁਲਕਾਂ ਦੇ ਖਜ਼ਾਨਾ ਮੰਤਰੀ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੇ ਇਲਾਵਾ ਬਖ ਬਖ ਅੰਤਰਰਾਸ਼ਟਰੀ ਸੰਗਠਨ ਦੇ ਪ੍ਰਮੁਖ ਵੀ ਇਸ ਹਾਲਾਗਨ ਜਰਮਨੀ ਦੇ ਚਾਂਸਲਰ ਓਲਾਫ ਸ਼ਾਲਜ਼ੋਰ ਆਉਂਦੇ ਸ਼ਨੀਵਾਰ ਤਮਾ ਭਾਰਤ ਦੇ ਦੋ ਦਿਨ ਦੇ ਦੌਰੇ ਪ੍ਰਭਾਵ ਕਰ ਦੇਣ ਆਪਣੇ ਦੌਰੇ ਦੌਰਾਨ ਚਾਂਸਲਰ ਉਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ ਦੇ ਕਨੇ ਕਈ ਸਾਰੇ ਦਪੱਖੀ ਇਲਾਕਾਈ ਤੇ ਕੁਲ ਸੰਚਾਰੀ ਸਤਾ ਦੇ ਮਾਮਲਿਆਂ ਉਪਰ ਚਰਚਾ ਕਰਨਗਨ ਦਵੇ ਨੇਤਾ ਇਸ ਦਰਾਨ ਇੱਕ ਦੂਵੇ ਦੇ ਮੁਲਕੇ ਦੇ ਮੁੱਖ ਕਾਰਜਕਾਰੀ ਅਧਿਕਾਰੀਏ ਤੇ ਵੱਡੇ ਕਾਰੋਬਾਰੀਆਂ ਕਨੇ ਵੀ ਗੱਲਬਾਤ ਕਰਨਗਨ ਚਾਂਸਲਰ ਸ਼ਾਲਜ਼ੋਰ ਰਾਸ਼ਟਰਪਤੀ ਦ੍ਰਾਉਪਦੀ ਮੁਰਮੂਨ ਦੇ ਕਨੇ ਵੀ ਮਿਲਾਟੀ ਲਾਂਗਨ ਜਰਮਨੀ ਦੇ ਚਾਂਸਲਰ ਦਾ ਅਹੁਦਾ ਸਾਮਨੇ ਪ੍ਰੰਤ ਸ਼ਾਲਜ਼ਨ ਦਾ ਪਾਰਦਾਇ ਪਹਿਲਾ ਦੌਰਾ ਹੋਗ ਉਨ ਦੇ ਕਨੇ ਕਈ ਸਾਰੇ ਸੀਨੀਅਰ ਅਹਿਲਕਾਰ ਤੇ ਬਾਖਤਿਆਰ ਕਾਰੋਬਾਰੀ ਸਮੂਹ ਬੀਯੋਗ ਖਰੀਮਤੀ ਰਾਸਪੂੰਜੀ ਤੇ ਕਾਰੋਬਾਰੀ ਸਰਬੰਧੇ ਸਨ ਪਰਿਆਵਰਣ ਦੇ ਅਨੁਕੂਲ ਤੇ ਟਿਕਾਊ ਵਿਕਾਸ ਦੇ ਖੇਤਰਾਂ ਵਿੱਚ ਸਾਂਝਾ ਸਹਿਯੋਗ ਤੇ ਦੋਨੋਂ ਦੇਸ਼ਾਂ ਦੇ ਲੋਕਾਂ ਵਿਚਕਾਰ ਬੱਧਦੇ ਸਰਬੰਧੇ ਭਾਰਤ ਤੇ ਜਰਮਨੀ ਦੇ ਮਜਾਟਾ ਦੁਪੱਖੀ ਰਿਸ਼ਤਿਆਂ ਦੀ ਔਰ ਤਗੜਾ ਬਣਾਇਆ ਹੈ ਇਸ ਇਲਾਵਾ ਭਾਰਤ ਤੇ ਜਰਮਨੀ ਕਈ ਸਾਰੇ ਦੁਪੱਖੀ ਤੇ ਅੰਤਰਰਾਸ਼ਟਰੀ ਸਤਰ ਦੇ ਮੰਚੇ ਪਰ ਵੀ ਨੇੜਮਾ ਤਾਲਮੇਲ ਬਣਾਇਆ ਕੰਮ ਕਰਾ ਕਰ ਦੇਣਾ ਜੰਮੂ ਕਸ਼ਮੀਰ ਪੁਲਸਾ ਦੀ ਰਾਜ ਜਾਂਚ ਏਜੰਸੀ ਐਸਆਈਏ ਨੇ ਨਾਰਕੋ ਆਤੰਕਵਾਦ ਦੇ ਸੰਦੇਕ ਦੇ ਚੌਂ ਠਿਕਾਣੇ ਪਰछापे ਮਾਰੇ ਤੇ ਇੱਕ ਮਹਿਲਾ ਸਨ ਹੈ ਇੱਕ ਗਿਰੋਹ ਚਲਾਣ ਵਾਲੇ ਕੁੱਲ ਤਿੰਨ ਜਣੇ ਗੀਰਾਸਤਾ ਚਲਾਤਾ ਇੱਕ ਬਿਆਨ ਚ ਐਸਆਈਏ ਨੇ ਆਖਿਆ ਜੇ ਆਤੰਕਵਾਦੀ ਗੁੱਟਾਂ ਦੇ ਮਾਲੀ ਨੈਟਵਰਕਿੰਗ ਕੀ ਨਿਸ਼ਾਨਾ ਬਣਾਉਣ ਦੇ ਮਕਸਦ ਕਰਨਾ ਐਸਆਈਏ ਕਸ਼ਮੀਰ ਪਾਸਿਆ ਜੰਦੇ ਸੋਮਵਾਰਾਂ ਤੇ ਮੰਗਲਵਾਰਾਂ ਅਨੰਤਨਾਗ ਪੁਲਵਾਮਾ ਬਡਗਾਮ ਤੇ ਬਾਰਾਮੂਲਾ ਜ਼ਿਲ੍ਹੇ ਵਿੱਚ ਕਈ ਥਾਰਾਂ ਪਰਚਾਪੇ ਮਾਰੀ ਕੀਤੀ ਗਈ ਅਜਿੰਤੂੜੀਆਂ ਅਸਲੋਏ ਦੀ ਜਾਣਕਾਰੀ ਮੁਜਬ ਇਸ ਗਿਰੋਨ ਕਰੋੜਾਂ ਰੁਪਏ ਦੇ ਤਕਰੀਬਨ 24 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਪਾਕਿਸਤਾਨ ਥਮਾ ਇਥੇ ਆਨੀ ਹੈ ਬਖ ਬਖ ਜ਼ਰੀਏ ਦੇ ਰਾਏ ਬਖ ਬਖ ਥਾਰੇ ਤੱਕ ਰਪਚਾਇਆ ਤੇ ਇਹਦੇ ਥਮਾ ਅਸਲੋਏ ਦੇ ਮਤੇ ਸਾਰੇ ਰੁਪਏ ਪੈਸੇ ਦਾ ਇਸਤੇਮਾਲ ਆਤੰਕਵਾਦੀ ਗਤੀਵਿਧੀਆਂ ਦੀ ਤੋੜ ਚਾੜਨੇ ਲਈ ਕੀਤਾ ਹੈ ਉਦਮਪੁਰਚ ਕੱਲ ਇੱਕ ਧਿਆੜੇ ਦੇ ਰੋਜ਼ਗਾਰ ਮੇਲੇ ਦਾ ਸਬੰਧ ਕੀਤਾ ਜਾਣਾ ਜਿਸ ਦਾ ਆਯੋਜਨ ਰੋਜ਼ਗਾਰ ਵਿਭਾਗ ਜੰਮੂ ਕਸ਼ਮੀਰ ਸਰਕਾਰ ਪਾਸੇ ਆ ਕੀਤਾ ਜਾਗ ਰੋਜ਼ਗਾਰ ਮਹਿਕਮੇ ਦੇ ਡਿਪਟੀ ਡਾਇਰੈਕਟਰ ਅੰਸ਼ਮਨ ਸਿੰਘ ਹੋਰੇ ਸਾਡੇ ਉਦੰਪੁਰ ਤੇ ਸੰਵਾਦ ਦਾਤਾ ਅਚਿੰਦ ਦੁੱਬੇ ਕਨੇ ਗੱਲਬਾਤ ਕਰਦੀ ਹੋਇਆ ਕਿ ਜੇ ਉਦੰਪੁਰ ਜ਼ਿਲ੍ਹੇ ਦੇ ਪੜ੍ਹੇ ਲਿਖੇ ਬੇਰੋਜ਼ਗਾਰ ਯੁਵਾਹਾਂ ਲਈ ਇਸ ਮੇਲੇ ਰਾਹੀਂ ਰੋਜ਼ਗਾਰ ਹਾਸਲ ਕਰਨੇ ਦਾ ਇੱਕ ਸੁਨਹਿਰੀ ਮੌਕਾ ਹੈ ਤੇ ਉਹਨੇ ਇਹਦੇ 'ਚ ਯੁਵਾਹਾਂ ਦੀ ਮਤੇ ਥਮਾ ਮਤੀ ਸਦਾਰੀ ਦੀ ਅਪੀਲ ਕੀਤੀ ਹੈ ਉਹਨੇ ਇਹ ਵੀ ਆਖਿਆ ਜੇ ਯੁਵਾਹਾਂ ਨੂੰ ਰੋਜ਼ਗਾਰ ਦੇਣੇ ਲਈ ਇਸ ਮੇਲੇ 'ਚ ਤਕਰੀਬਨ 10 ਨਿੱਜੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ ਉਹਨੇ ਆਖਿਆ जिसमें आठ से दस प्राइवेट कंपनीज आ रही हैं उन्होंने तकरीबन कोई सौ डेढ़ सौ वैकेंसी दी हुई अलग अलग सेक्टर में एलिजिबिलिटी भी दी हुई है वो ऑलरेडी हमने पेपर में भी दिया है प्रिंट मीडिया में भी दिया है तो अकॉर्डिंगली जो एलिजिबल अनएम्प्लॉयड यूथ है तकरीबन हमारे पास ढाई सौ तक आ गया था गूगल फार्म तो और भी जिनको नहीं पता है वो आए और इसका फायदा ले ਜਮ ਕਸ਼ਮੀਰ ਪੁਲਿਸ ਨੇ ਯੁਵਾਇ ਤੇ ਆਮ ਲੋਕਾਂ ਵਿੱਚ ਜਾਗਰੂਕਤਾ ਅਨਨ ਲਈ ਵਾਸਤੇ ਨਸ਼ਾ ਰੋਧੀ ਯਾਨੀ ਐਂਟੀ ਡਰੱਗ ਰੈਲੀ ਦਾ ਆਯੋਜਨ ਸਪੋਰਟਸ ਸਟੇਡੀਅਮ ਕਟੂਆ ਚ ਕੀਤਾ ਜਿਸ ਸੀ ਐਸ ਐਸ ਪੀ ਸ਼ਿਵਦੀਪ ਔਰ ਇੰਚੰਡੀ ਦਸੀਰਵਾ ਨਕਰਵਾਇਆ ਬਕਬਕ ਸਕੂਲ ਨੇ ਤੇ ਜਾਗਦੇ ਇਸ ਰੈਲੀ ਚ ਇਸਾਲਿਆ ਉਦਮਪੁਰ ਚ ਵੀ ਪੁਲਿਸ ਨੇ ਨਸ਼ੇ ਦੇ ਇਸਤੇਮਾਲ ਦੇ ਖਿਲਾਫ ਜਾਗਰੂਕਤਾ ਕਾਰਜਕ੍ਰਮ ਦਾ ਆਯੋਜਨ ਸਰਕਾਰੀ ਆਈ ਸਕੂਲ ਅੱਪਰ ਅਰਤਾਇਨ ਚ ਕੀਤਾ ਇਸ ਕਾਰਜਕ੍ਰਮ ਦੀ ਪ੍ਰਧਾਨਤਾ ਐਸ ਆਈ ਮਦਨ ਲਾਲ ਨਸ਼ਾ ਮੁਕਤੀ ਕੇਂਦਰ ਡੀ ਪੀ ਐਲ ਉਦਮਪੁਰ ਦੇ ਫਾਰਮਾਸਿਸਟ ਅਤਿਕ ਸੋਹੇਲ ਟਾਕ ਤੇ ਉਦਮਪੁਰ ਵਾਲੇ ਮਹਿਲਾ ਪੁਲਿਸ ਥਾਣੇ ਦੇ ਸਪੈਸ਼ਲ ਸੈੱਲ ਥਮਾ ਅਜ਼ਰਾ ਖਾਨ ਹੋਰੇ ਕੀਤੀ ਮਦਨ ਲਾਲ ਹੋਰੇ ਵਿਦਿਆਰਥੀਆਂ ਕਰਨੇ ਗੱਲਬਾਤ ਕਰਦੀ ਹੋਈ ਆਪਣੇ ਤਜਰਬੇ ਕੀ ਸਾਂਝਾ ਕੀਤਾ ਤੇ ਉਹਨੇ ਕੀ ਨਸ਼ੇ ਖੋਰੀ ਦੇ ਬਾਰੇ ਚ ਜਾਗਰੂਕ ਬਣਾਇਆ ਇਸ ਮੌਕੇ ਪਰ ਵਿਦਿਆਰਥੀਆਂ ਕਰਨੇ ਗੱਲਬਾਤ ਕਰਦੀ ਹੋਈ ਅਜ਼ਰਾ ਖਾਨ ਹੋਰੇ ਮਹਿਲਾਵਾਂ ਦੇ ਯੌਨ ਉਤਪੀੜਨ ਸਰਬੰਧੀ ਮਾਮਲੇ ਦੀ ਰੋਕਥਾਮ ਤੇ ਇਹਨੇ ਮਾਮਲੇ ਦੀ ਜਾਂਚ ਤੇ ਨਿਪੇੜੇ ਬਾਰੇ ਇੱਕ ਤਫਸੀਲੀ ਲੈਕਚਰ ਦਿੱਤਾ ਬੁਨਕਰਾਂ ਤੇ ਕਾਰੀਗਰਾਂ ਸਨੇ ਆਮ ਲੋਕਾਂ ਕੀ ਸਰਕਾਰ ਪਾਸੀਆਂ ਚਲਾਈ ਜਾਕਰ ਦੇ ਵਿਕਾਸ ਤੇ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕ ਬਣਾਉਣ ਦੇ ਮਕਸਦ ਕਰਨ ਅਥਕੜੀ ਵਿਭਾਗ ਉਦਮਪੁਰ ਜ਼ਿਲ੍ਹੇ ਦੀ ਮੌਂਗਰੀ ਤਹਿਸੀਲ ਦੀ ਅਲਕਾ ਪੰਜਰ ਪੰਚਾਇਤ ਚ ਇੱਕ ਨਮਾਇਸ਼ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ ਪੰਚੈਰੀ ਤੇ ਮੌਂਗਰੀਲ ਕੇ ਦੇ ਡੀਡੀਸੀ ਕਾਉਂਸਲਰ ਜਸਵੀਰ ਸਿੰਘ ਹੋ ਇਸ ਕਾਰਜਕ੍ਰਮ ਦੇ ਮੁੱਖ ਪ੍ਰਬੰਧਕ ਹੀ ਜਿਦੇ ਚ ਤਕਰੀਬਨ 150 ਬੁਨਕਰਾਂ ਤੇ ਕਾਰੀਗਰਾਂ ਨੇ ਸ਼ਰਕਤ ਕੀਤੀ

ਉਨ ਬਾਕੀ ਦੀਆਂ ਖਬਰਾਂ ਕਰਨੇ ਸ਼ਗੁਫਤਾ ਚੌਧਰੀ ਜੰਮੂ ਸ਼ਿਰੀਨਗਰ ਦੇ ਬਸ਼ਕਾਰ ਜੰਮੂ ਸ਼ਿਰੀਨਗਰ ਰਾਸ਼ਟਰੀ ਜਰਨਲਿਸਟ ਸ਼ਿਰਕ ਪਰ ਬਨਿਆਲ ਦੇ ਸ਼ਾਲਗੜੀ ਇਲਾਕੇ ਚ ਲਾਸ ਪੋਨੇ ਕਰੀ ਦੋ ਦਿਨੇ ਤੱਕ ਬੰਦ ਰੋਣੇ ਦੇ ਬਾਅਦ ਅੱਜ ਦੁਪਹਿਰੀ ਗੱਡੀਆਂ ਦੀ ਔਜਾਈ ਬਾਲ ਕਰੀ ਦਿੱਤੀ ਗਈ ਹੈ ਟ੍ਰੈਫਿਕ ਪੁਲਿਸ ਦੇ ਸੂਤਰੇ ਮੁਜਬ ਬਕਬਕ ਥਾਰੇ ਪਰ ਫਸੀ ਦੀ ਸੈਂਕੜੇ ਗੱਡੀਆਂ ਦੀ ਇੱਕ ਇੱਕ ਕਰੀਏ ਇਸ ਥਾਰੇ ਤੁਮ ਲੰਘਨੇ ਦੀ ਖੁੱਲ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਸਾਂਬਾ ਜ਼ਿਲ੍ਹੇ 'ਚ ਇੱਕ ਬਰੇ ਸ਼ਾਮ ਮਤੇ ਸਮੇਂ ਤੱਕ ਡਿਊਟੀ 'ਚ ਗੈਰ ਹਾਜ਼ਰ ਰਹਿਣ ਵਾਲੇ ਇੱਕ ਪੁਲਿਸ ਕਰਮੀ ਦੀ ਨੌਕਰੀ 'ਚ ਬਰਖਾਸਤ ਕਰੀ ਦਿੱਤਾ ਹੈ ਸਾਂਬਾ ਦੇ ਐਸਐਸਪੀ ਬੇਨਾਮ ਤੋਸ਼ੋ ਨੇ ਇਸ ਸਰਬੰਧੇ 'ਚ ਹੁਕਮ ਜਾਰੀ ਕੀਤੇ ਤੇ ਸੇਵਾ 'ਚ ਬਰਖਾਸਤ ਕੀਤਾ ਗਿਆ ਦਾ ਅਮਰ ਸਿੰਘ ਨਾਂ ਦਾ ਸਿਲੈਕਸ਼ਨ ਗ੍ਰੇਡ ਕਨਸਟੇਬਲ ਜੰਦੀਰ 23 ਦਸੰਬਰ 2021 ਤੋਂ ਜ਼ਿਲ੍ਹਾ ਪੁਲਿਸ ਲਾਈਨਸ 'ਚ ਸੰਵੇਦਨਸ਼ੀਲ ਸੁਰੱਖਿਆ ਸੰਬੰਧੀ ਜ਼ਿੰਮੇਵਾਰੀ ਕੀ ਛੋੜੀ ਗਲਤ ਤਰੀਕੇ ਕਨੇ ਇੱਕ ਬਰੇ ਦੇ 2 ਮਹੀਨੇ ਤੱਕ ਗੈਰ ਹਾਜ਼ਰ ਰਿਹਾ ਕਈ ਸਾਰੇ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਵੀ ਜਿਸ ਨੇ ਲਗਾਤਾਰ 24 14 ਮਹੀਨੇ ਤੱਕ ਇੱਕ ਸਲੈਕਸ਼ਨ ਗ੍ਰੇਡ ਕਨਸਟੇਬਲ ਆਪਣੀ ਡਿਊਟੀ ਪ੍ਰਾ ਗੈਰਾਜ ਹੀ ਰਿਹਾ ਤਾਂ ਸਾਂਭਾ ਦੇ ਐਸਐਸਪੀ ਹੋਰ ਜੰਮੂ ਕਸ਼ਮੀਰ ਸਿਵਲ ਸੇਵਾ ਸਰਬੰਧੀ ਨਿਯਮੇਤਤਾ ਉਦੀ ਬਰਖਾਸਤ ਦਾ ਹੁਕਮ ਜਾਰੀ ਕੀਤਾ ਗਿਆ ਹੈ ਫੈਸ਼ਨ ਦੇ ਇਸ ਦੌਰ ਚ ਜਿੱਥੇ ਵੱਡੇ ਵੱਡੇ ਬੁਟੀਕ ਖੋਲਿਏ ਮਹਿਲਾ ਖਰੀਮਤੀ ਉੰਧਨ حاصل ਕਰੇ ਕਰਦੀਆਂ ਨੇ ਉੱਥੇ ਕੇ ਸਾਂਭਾ ਜ਼ਿਲ੍ਹੇ ਚ ਵੀ ਕਈ ਸਾਰੀ ਮਹਿਲਾਏ ਆਤਮ ਨਿਰਭਰਤਾ ਦੀ ਮਿਸਾਲ ਕਾਇਮ ਕੀਤੀ ਐ ਸਾਂਭਾ ਜ਼ਿਲ੍ਹੇ ਦੇ ਬੰਨੇ ਵਾਲੇ ਗ੍ਰਾਂ ਸਵਾਂਖਾ ਦੀ ਰੋਣੇ ਵਾਲੀ ਕਾਂਤਾ ਦੇਵੀ ਉਹਨੇ ਆਪਣੇ ਘਰੇ ਪਰਗੇ ਸਿਕਲਾਈ ਦਾ ਕੰਮ ਸ਼ੁਰੂ ਕੀਤਾ ਤੇ ਅੱਜ ਇਸੇ ਕੰਮ ਦੀ ਬਦੌਲਤ ਉਹ ਆਪੂ ਆਪਣੀ ਰੋਜੀ ਰੂਟੀ ਕਮਾ ਕਰਦੀਆਂ ਨੇ ਕਾਂਤਾ ਦੇਵੀ ਔਰ ਇਲਾਕੇ ਦੀਆਂ ਹੋਰਨਾਂ ਕੁੜੀਆਂ ਤੇ ਮਹਿਲਾਏ ਕੀ ਵੀ ਸਿਕਲਾਈ ਦਾ ਕੰਮ ਸਿਕਾਈਏ ਉਹਨੇ ਕੀ ਸਸ਼ਕਤ ਬਣਾਉਣੇ ਚ ਖਰੀਮਤੀ ਮਿਹਨਤ ਕਰੇ ਕਰਦੀਆਂ ਨੇ ਆਕਾਸ਼ਵਾਨੀ ਸਮachar ਜੰਮੂ ਕੰਨੇ ਗੱਲ ਕਰਦੇ ਹੋਏ ਕਾਂਤਾ ਦੇਵੀ ਉਹਨੇ ਗਲਾਇਆ

ਜੰਮੂ ਸ਼ਹਿਰਾ ਦੇ ਬਾਹਰਲੇ ਇਲਾਕੇ ਗਰੋਟਾ ਚ ਨਿਜੀ ਦੁਸ਼ਮਣੀ ਦੇ ਇੱਕ ਮਾਮਲੇ ਚ ਅੱਜ ਇੱਕ ਨੌਜਵਾਨ ਦੀ ਗੋਲੀ ਮਾਰੀ ਅਤਿਆ ਕਰੀ ਦਿੱਤੀ ਗਈ ਪੁਲਸੇ ਮੁਜਬ ਅਰਵਿੰਦ ਨਾਦੇ ਯੁਵਕ ਕੇ ਲਖਨਪਾਲ ਨਾਦੇ ਵਿਅਕਤੀ ਨੇ ਆਪਣੇ ਪਿਤਾ ਦੀ 12 ਬੋਰ ਲੈਸੈਂਸੀ ਬੰਦੂਕ ਨਾਲ ਗੋਲੀ ਮਾਰੀ ਦਿੱਤੀ ਪੁਲਸਿਆ ਰੂਪੀ ਕੀ ਇਰਾਸਤ ਚ ਲੈ ਲਿਆ ਅਗੜੀ ਤਫਸੀਲ ਸ਼ੁਰੂ ਕਰੀ ਦਿੱਤੀ ਹੈ ਡੋਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਪਾਲੂ ਨੇ ਐਸਐਸਪੀ ਡੋਡਾ ਅਬਦੁਲ ਕাইয়ੂਮ ਨੇ ਬਦਰਵਾਜ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ ਕੀਤਾ ਤਾਂ ਜੋ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਕੈਦੀਆਂ 'ਚ ਦਿੱਤੀ ਜਾ ਰਹੀਆਂ ਦੀਆਂ ਸਹੂਲਤਾਂ ਦਾ ਜਾਇਜ਼ਾ ਲਾਚੀ ਜਾ ਸਕੇ ਜੇਲ੍ਹ ਦੇ ਸੁਪਰੀਟੈਂਡੈਂਟ ਮੁਸ਼ਤਾਕ ਅਹਿਮਦ ਮੱਲਾ ਹੋਣੇ ਜੇਲ੍ਹ ਦੇ ਕੰਮਕਾਜ ਦੇ ਕੈਦੀਆਂ ਕੀ ਦਿੱਤੀ ਗਈ ਦੀਆਂ ਸਹੂਲਤਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜ਼ਿਲ੍ਹਾ ਮੈਜਿਸਟ੍ਰੇਟ ਹੋਣੇ ਜ਼ਿਲ੍ਹਾ ਦੇ ਕੋਠਰੀ ਤੇ ਬੈੜਕ ਹਸਪਤਾਲ 'ਚ ਵਪਸਾਈਕ ਆਲ ਦਾ ਨਿਰੀਖਣ ਕੀਤਾ ਤੇ ਜੇਲ੍ਹ ਚ ਇਰਾਸਾ ਚ ਰੱਖੇ ਗਏ ਦੇ ਕੈਦੀ ਕੰਨੇ ਗੱਲਬਾਤ ਕੀਤੀ ਉਹਨੇ ਉਹਦੇ ਮਾਮਲੇ ਜੇਕਰ ਉਹਨੇ ਕੋਈ ਸ਼ਿਕਾਇਤ ਹੈ ਤਾਂ ਉਹਦੇ ਬਾਰੇ ਵਿੱਚ ਪੁੱਛਗੋਚ ਕੀਤੀ ਤੇ ਕੈਦੀਆਂ ਕਿ ਜੇਲ੍ਹ ਚ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਬਣੀਏ ਰੋਣੇ ਦੀ ਸਲਾਹ ਦਿੱਤੀ ਡੋਡਾ ਦੇ ਸੰਵਾਦਾਤਾ ਫਿਆਜ਼ ਪੰਪੋਰੀ ਦੀ ਰਿਪੋਰਟ ਮੁਤਾਬਕ ਜ਼ਿਲ੍ਹਾ ਮੈਜਿਸਟ੍ਰੇਟ ਓਰੇਂਜ ਜੇਲ੍ਹ 'ਚ ਖੇਡੇ ਦੀ ਚੀਜ਼ਾਂ ਤੇ ਲਾਇਬ੍ਰੇਰੀ 'ਚ ਬਾਧੂ ਕਿਤਾਬਾਂ ਉਪਲਬਧ ਕਰਵਾਉਣੇ ਦਾ ਆਸ਼ਵਾਸਨ ਦਿੱਤਾ। ਉਹਨੇ ਜੇਲ੍ਹ 'ਚ ਗੈਰਕਾਨੂੰਨੀ ਤੇ ਅਤੰਗਵਾਦ ਸਬੰਧੀ ਗਤੀਵਿਧੀਆਂ ਲਈ ਜੇਲ੍ਹ 'ਚ ਬੰਦ ਕਰਦੀਆਂਗੀ ਕਟੜਵਾਦ ਦੀ ਬੱਤਾ 'ਤੇ ਅਟਾਣੇ ਦੀ ਇੱਕ ਯੋਜਨਾ 'ਤੇ ਕੰਮ ਕਰਨ ਲਈ ਵੀ ਆਖਿਆ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਭਿਆਨ ਤੇ ਭਾਰਤ ਦੀ G20 ਦੀ ਅਧਿਕਸ਼ਤਾ ਦੇ ਜਸ਼ਨ ਦੇ ਇੱਕ ਹਿੱਸੇ ਦੇ ਤੌਰ ਉੱਪਰ ਰਾਮਬਨ ਦੇ ਡਿਪਟੀ ਕਮਿਸ਼ਨਰ ਮੁਸਰਦ ਇਸਲਾਮ ਦੇ ਕੇਂਦਰੀ ਸੂਚਨਾ ਦੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜੰਮੂ ਕਸ਼ਮੀਰ ਤੇ ਲਦਾਖ ਦੇ ਜੁਆਇੰਟ ਡਾਇਰੈਕਟਰ ਗੁਲਾਮ ਅਬਾਸ ਹੋ ਨੇ ਭਾਰਤ ਦੇ ਸਵਤੰਤਰਤਾ ਸੈਨਾਨੀਆਂ ਬਾਰੇ ਦੋ ਤਿਹਾੜੇ ਦੀ ਇੱਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਕੇਂਦਰੀ ਸੰਚਾਰ ਬਿਊਰੋ ਪਾਸਿਆਂ ਲਾਈ ਗਈ ਦੀ ਇਸ ਪ੍ਰਦਰਸ਼ਨ ਦਾ ਉਦਘਾਟਨ ਕਰਨੇ ਪ੍ਰੰਤ ਰਾਮਬੰਦ ਦੇ ਡਿਪਟੀ ਕਮਿਸ਼ਨਰ ਹੋਰੇ ਉੱਤੇ ਸਥਾਪਿਤ ਬਖ ਬਖ ਪੰਡਾਲੇ ਦਾ ਦੌਰਾ ਲਾਇਆ ਇਸ ਮੌਕੇ ਇਕ ਰੰਗਾ ਰੰਗ ਸੱਭਿਆਚਾਰਕ ਕਾਰਗਰਮ ਦਾ ਵੀ ਸਿਰਜਤਾ ਕੀਤਾ ਗਿਆ ਰਾਮਬੰਦ ਦੇ ਡਿਪਟੀ ਕਮਿਸ਼ਨਰ ਮੁਸਰਰਤ ਇਸਲਾਮ ਹੋਰੇ ਇਸ ਬਾਰੇ ਗਲਾਇਆ ਮਨੇ ਇਤਨੀ ਰੇਅਰ ਕਲੈਕਸ਼ਨ ਆਫ ਫੋਟੋਗ੍ਰਾਫਸ ਵਿਦ ਹਿਸਟੋਰੀਕਲ ਪਰਸਪੈਕਟਿਵ ਨਹੀਂ ਦੇਖਿਆ ਅਸੈਂਡਿੰਗ ਆਰਡਰ ਮੇ ਹਮਾਰੇ ਇੰਡੀਅਨ ਨੈਸ਼ਨਲ ਮੂਵਮੈਂਟ ਕੋ ਡਿਪਿਕਟ ਕੀਤਾ ਥਰੂ ਪਿਕਚਰਸ ਤੋਂ ਮੁਝੇ ਪੂਰੀ ਉਮੀਦ ਹੈ ਕਿ ਹਮਾਰੇ ਰਾਮਬੰਦਸਟੀ ਕੇ ਬੱਚੇ ਜੋ ਹੈ ਉਹ ਇਸ ਐਗਜ਼ੀਬਿਸ਼ਨ ਸੇ ਮੁਸਤਫੀਦ ਹੋਣਗੇ ਫਾਇਦਾ ਉਠਾएंगे ਅਕੀਰਾ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰੋ ਨੇ ਅੱਜ ਬੰਗਲੌਰੂ ਚ ਵਿੱਤ ਤੇ ਕੇਂਦਰੀ ਬੈਂਕਾਂ ਦੇ ਪ੍ਰਤੀਨਿਧੀਆਂ ਦੀ ਬੈਠਕ ਦੇ ਸ਼ੁਰੂਆਤੀ ਸੈਟਰ ਦਾ ਉਦਘਾਟਨ ਕੀਤਾ ਜਰਮਨੀ ਦੇ ਚਾਂਸਲਰ Olaf Scholz on the ਸ਼ਨੀਵਾਰ ਤਮਾ ਭਾਰਤ ਦੇ ਦੋ ਦਿਨੇ ਦੇ ਦੌਰੇ ਪਰ ਆਵਰਤਨ ਐਸਾ ਇਹ ਨੇ ਨਾਰਕੋ ਆਤੰਕਵਾਦ ਦੇ ਮਾਮਲੇ 'ਚ ਚੌਂ ਠਿਕਾਣੇ 'ਤੇ ਛਾਪੇ ਮਾਰੀਏ ਤਰਾਂਜਨੇ ਕੀ ਰਾਸਤਾ ਚਲਾਤਾ ਤੇ ਦੋ ਦਿਨੇ ਤੱਕ ਰਬੰਦਰਾਉ ਨੇ ਮਗਰਾ ਅੱਜ ਦੁਪਹਿਰੀ ਜੰਮੂ ਸ਼ਟਨਗਰ ਰਾਸ਼ਟਰੀ ਜਰਨਲਿਸਟਿਕਾ ਪਰ ਗੱਡੀਆਂ ਦੀ ਆਵਜਾਈ ਅੱਧੇ ਦੁੱਬੇ ਤੌਰ 'ਤੇ ਪ੍ਰਭਾਵਿਤ ਕਰ ਦਿੱਤੀ ਗਈ ਹੈ ਇਹ ਦੇ ਕਰਨੇਗਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁਆ